ਇੱਕ ਹੋਰ ਨਾਮ ਸ਼ਾਹਰੂਖ ਖਾਨ ਦਾ ਉਹ ਖੂਬ ਜਿਹੜੇ ਉਹਨਾਂ ਦੀਆਂ ਬਹੁਤ ਹਿੱਟ ਮੂਵੀਜ਼ ਐ ਹਿੱਟ ਗਾਣੇ ਐ ਉਹਨਾਂ ਦੇ ਵਿੱਚ ਹਮੇਸ਼ਾ ਤੁਸੀਂ ਨਜ਼ਰ ਆਉਂਦੇ ਆ ਮੈਂ ਉਹਨਾਂ ਨੂੰ ਸੁਣ ਰਿਹਾ ਸੀ ਇੱਕ ਜਗ੍ਹਾ ਉਹ ਕਹਿੰਦੇ ਇੱਕ ਕੰਪੋਜੀਸ਼ਨ ਐ ਉਹਦੇ ਵਿੱਚ ਆ ਕੇ ਕੁਝ ਨਾ ਕੁਝ ਵੱਖਰੇ ਤਰੀਕੇ ਨਾਲ ਸੁਖਵਿੰਦਰ ਕਰ ਦਿੰਦੇ ਨੇ ਔਰ ਉਹਨਾਂ ਨੇ ਕੋਈ ਜ਼ਿਕਰ ਕੀਤਾ ਕਿ ਉਹ ਤੁਹਾਡੀ ਇੱਕ ਰਿਕਾਰਡਿੰਗ ਦੇ ਵਿੱਚ ਪਹੁੰਚ ਗਏ ਸੀ ਸ਼ਾਇਦ ਚਲਤੇ ਚਲਤੇ ਮੂਵੀ ਜਿਉ ਕਿੱਸਾ ਸ਼ੇਅਰ ਕਰ ਸਕੋ ਕੀ ਹੋਇਆ ਉਸ ਸਮੇਂ ਸ਼ਾਹਰੂਖ ਖਾਨ ਜਦੋਂ ਤੁਹਾਡੇ ਕੋਲ ਪਹੁੰਚੇ ਉਹ ਐਕਚੁਅਲੀ ਉਹ ਇਸ ਮਾਈ ਫਰਸਟ ਹੀਰੋ ਆਫ ਛੱਲੀਆਂ ਚਾਹੀਏ ਜੀ the first time i have seen someone dancing on a train and meri awaz oh main jado dekha main inna matlab jazbati unna naal mera rishta ho gaya aur us bande ch na appreciation bahut hai chahe tu isse un professionalism keh lo chahe odi nature keh lo lekin appreciation odde ch na kutte kutte ke pari aa oh thada jab tak ranjha razi neena ho janda ਬਈ ਇਨੀ ਗੱਲ ਐ ਇੱਥੇ ਆ ਕੇ ਮੇਰੀ ਪੰਜਾਬੀ ਸਾਫ਼ ਹੋ ਜਾਂਦੀ ਐ ਹਾਂ ਤੇ ਉਹ ਚੱਕਰ ਲਗਾਉਂਦੇ ਰਹੇਗਾ ਹਾਂ ਤੇ ਉਹ ਆਪਣੇ ਵਿੱਚ ਐਪਰੀਸ਼ੀਏਸ਼ਨ ਬਹੁਤ ਐ ਤੇ ਉਹ ਉਹਨਾਂ ਨੇ ਆਪਣਾ ਉਹ ਪਰਦੇ ਤੇ ਜਦੋਂ ਦੇਖਿਆ ਤੋਂ ਫਸਟ ਜਿੱਦਾਂ ਜਿੱਦਾਂ ਕਹਿੰਦੇ ਪਹਿਲੀ ਮੁਹੱਬਤ ਵਾਲਾ ਚੱਕਰ ਤੇ ਉਹ ਤਾਂ ਪਹਿਲੇ ਮੌਕੇ ਮੈਂ ਕਿਸੇ ਇੱਕ ਸਟਾਰ ਨੂੰ ਟ੍ਰੇਨ ਤੇ ਤੇ ਮੈਂ ਕਈ ਵਾਰੀ ਸੋਚਿਆ ਵੀ ਮੈਂ ਕਿਹਾ ਯਾਰੀ ਡਿੱਗਣਾ ਪਵੇ ਕਿਤੇ ਤੇ ਉਹ ਕਿਉਂਕਿ ਹਾਂ ਨਾਲ ਇੱਕ ਖੂਬਸੂਰਤ ਕੰਨਿਆ ਮਲਾਈਕਾ ਹੈ ਨਾ ਤੇ ਉਹ ਬਹੁਤ ਵੈਲ ਪਿਕਚਰਾਈਜ਼ਡ Song ਉਸ ਤੋਂ ਬਾਅਦ ਫਿਰ ਉਹਨਾਂ ਨਾਲ ਮੇਰਾ ਇੱਕ ਐਸਾ ਰਿਸ਼ਤਾ ਬਣ ਗਿਆ ਹਾਲੇ ਕਿ ਬਹੁਤ ਸਾਰੀ ਤੇ ਸਾਰੀ ਫਿਲਮਾਂ ਚ ਮੈਂ ਨਹੀਂ ਗੋਣਾ ਪਰ ਉਹਨਾਂ ਦੇ ਇੱਕ ਫੋਨ ਜ਼ਰੂਰ ਆ ਜਾਂਦਾ ਵਾ ਫੋਨ ਜ਼ਰੂਰ ਆ ਜਾਂਦਾ ਹੁਣ ਉਹਨਾਂ ਨੇ ਰੀਸੈਂਟਲੀ ਜ਼ਿਕਰ ਕੀਤਾ ਕਿ ਮੈਂ ਆਪਣੇ ਬੇਟੇ ਨੂੰ ਲਾਂਚ ਕਰ ਰਿਹਾ ਵਿਲ ਯੂ ਸਿੰਕ ਫਾਰ ਮਾਈ ਸਨ ਆਈ ਸੈਡ ਯੈਸ ਕਿਹਾ ਮੈਂ ਨਹੀਂ ਸੰਗਸ ਮੈਂ ਕਹਾਂ ਜੀ ਜਦ ਤੱਕ ਕਹੋਗੇ ਤਾਂ ਉਹ ਪਿਆਰ ਮੁਹabbat ਸਾਰੇ ਨਾਲਕਿ ਮੈਨੂੰ ਇੰਟਰੋਡਿਊਸ ਕਰਨ ਵਾਲੇ ਜਿਹੜੇ ਫਿਲਮ ਇੰਡਸਟਰੀ ਚ ਨੇ ਉਹ ਅਜਿਦਿਪ ਗਨ ਹੈ ਅਜਿਦਿਪ ਗਨ ਫੈਮਿਲੀ ਉਹਨਾਂ ਦੇ ਫਾਦਰ ਵੀਰੂ ਦੇਵਗਨ ਦੇ ਹੈਵ ਇੰਟਰੋਡਿਊਸ ਮੀ ਤੇ ਇੱਕ ਜਿਨ੍ਹਾਂ ਦੀ ਮੈਂ ਪਾਰਟੀ ਚ ਜਾਣਾ ਨਹੀਂ ਚਾਹਦਾ ਭੱਜ ਮਤਲਬ ਕਿਉਂਕਿ ਉਸ ਫੇਰ ਦਾ ਸੂਰਜ ਚੜਾ ਦਿੰਦੇ ਨੇ ਸਲਮਾਨ ਖਾਨ ਗਾਣੇ ਉਹਨਾਂ ਦੇ ਮੇਰੇ ਦਾਦਾ ਨੇ ਹੁਣ ਅੱਜ ਕੱਲ ਰਣਵੀਰ ਸਿੰਘ ਤੇ ਰਣਵੀਰ ਕਪੂਰ ਉਹਨਾਂ ਦੇ ਨਾਲ ਮੇਰੇ ਗਾਣੇ ਸਭ ਸ਼ੇਰਾ ਤੋਂ ਸਟਾਰਟ ਹੋਏ ਉਹਨਾਂ ਦਾ ਕਰ ਹਰ ਮੈਦਾਨ ਫਤ ਵੀ ਗਈ ਸੀ ਸੰਜੀ ਜੀ ਤੇ ਮੈਨੂੰ ਇਹ ਤਾਂ ਲੱਗਦਾ ਕਿ ਮੈਂ ਇਹਨਾ ਕਾਊਂਟਿੰਗ 'ਚ ਨਹੀਂ ਰਹਿਣਾ ਠੀਕ ਹੈ ਕਿ ਮੈਂ ਹੁਣ ਤੱਕ ਕੀ ਕੀਤਾ ਤੇ ਕਿਤੇ ਕੀ ਅਸਥ ਕੀਤਾ ਬਤੁਰਦੇ ਰੋ ਉਹ ਵਰਤਮਾਨ ਇੱਕ ਹੋਰ ਨਾਮ ਸ਼ਾਹਰੁਖ ਖਾਨ ਦਾ ਉਹ ਖੂਬ ਜਿਹੜੇ ਉਹਨਾਂ ਦੀਆਂ ਬਹੁਤ ਹਿੱਟ ਮੂਵੀਜ਼ ਐ ਹਿੱਟ ਗਾਣੇ ਐ ਉਹਨਾਂ ਦੇ ਵਿੱਚ ਹਮੇਸ਼ਾ ਤੁਸੀਂ ਨਜ਼ਰ ਆਉਂਦੇ ਆ ਮੈਂ ਉਹਨਾਂ ਨੂੰ ਸੁਣ ਰਿਹਾ ਸੀ ਇੱਕ ਜਗ੍ਹਾ ਉਹ ਕਹਿੰਦੇ ਇੱਕ ਕੰਪੋਜੀਸ਼ਨ ਹੈ ਉਹਦੇ ਵਿੱਚ ਆ ਕੇ ਕੁਝ ਨਾ ਕੁਝ ਵੱਖਰੇ ਤਰੀਕੇ ਨਾਲ ਸੁਖਵਿੰਦਰ ਕਰ ਦਿੰਦੇ ਨੇ ਔਰ ਉਹਨਾਂ ਨੇ ਕੋਈ ਜ਼ਿਕਰ ਕੀਤਾ ਕਿ ਉਹ ਤੁਹਾਡੀ ਇੱਕ ਰਿਕਾਰਡਿੰਗ ਦੇ ਵਿੱਚ ਪਹੁੰਚ ਗਏ ਸੀ ਸ਼ਾਇਦ ਚਲਤੇ ਚਲਤੇ ਮੂਵੀ ਜਿਉ ਕਿੱਸਾ ਸ਼ੇਅਰ ਕਰ ਸਕੋ ਕੀ ਹੋਇਆ ਉਸ ਸਮੇਂ ਸ਼ਾਹਰੂਖ ਖਾਨ ਜਦੋਂ ਤੁਹਾਡੇ ਕੋਲ ਹਾਂ ਜੀ ਉਹ ਐਕਚੁਅਲੀ ਉਹ ਇਸ ਮਾਈ ਫਰਸਟ ਹੀਰੋ ਆਫ ਚੱਲਿਆ ਚੱਲਿਆ ਜੀ ਦ ਫਰਸਟ ਟਾਈਮ ਆਈ ਹੈਵ ਸੀਨ ਸਮਨ ਡਾਂਸਿੰਗ ਔਨ ਅ ਟ੍ਰੇਨ ਐਂਡ ਮੇਰੀ ਆਵਾਜ਼ ਉਹ ਮੈਂ ਜਦੋਂ ਦੇਖਿਆ ਮੈਂ ਇਨਾ ਮਤਲਬ ਜਜ਼ਬਾਤੀ ਉਹਨਾਂ ਨਾਲ ਮੇਰਾ ਰਿਸ਼ਤਾ ਹੋ ਗਿਆ ਔਰ ਉਸ ਬੰਦੇ 'ਚ ਨਾ ਐਪਰੀਸ਼ੀਏਸ਼ਨ ਬਹੁਤ ਹੈ ਚਾਹੇ ਤੁਸੀਂ ਉਹਨੂੰ ਪ੍ਰੋਫੈਸ਼ਨਲਿਜ਼ਮ ਕਹੋ ਚਾਹੇ ਉਹਦੀ ਨੇਚਰ ਕਹੋ ਲੇਕਿਨ ਐਪਰੀਸ਼ੀਏਸ਼ਨ ਉਹਦੇ 'ਚ ਨਾ ਕੁੱਟ-ਕੁੱਟ ਕੇ ਪਈ ਆ ਉਹ ਥਾੜਾ ਜਦ ਤੱਕ ਰਾਂਝਾ ਰਾਜ਼ੀ ਨੀਨਾ ਹੋ ਜਾਂਦਾ ਬਈ ਇੰਨੀ ਗੱਲ ਇੱਥੇ ਆ ਕੇ ਮੇਰੀ ਪੰਜਾਬੀ ਸਾਫ਼ ਹੋ ਜਾਂਦੀ ਹੈ ਹਾਂ ਤੇ ਉਹ ਚੱਕਰ ਲਗਾਉਂਦੇ ਰਹੇਗਾ ਹਾਂ ਤੇ ਉਹ ਆਪਣੇ ਵਿੱਚ ਐਪਰੀਸ਼ੀਏਸ਼ਨ ਬਹੁਤ ਹੈ ਤੇ ਉਹ ਉਹਨਾਂ ਨੇ ਆਪਣਾ ਇਹ ਉਹ ਪਰਦੇ ਤੇ ਜਦੋਂ ਦੇਖਿਆ ਤਾਂ ਫਸਟ ਜਿਸ ਤੱਕ ਜਿੱਦਾਂ ਕਹਿੰਦੇ ਪਹਿਲੀ ਮੁਹੱਬਤ ਵਾਲਾ ਚੱਕਰ ਉਹ ਤਾਂ ਪਹਿਲੇ ਮੌਕੇ ਮੈਂ ਕਿਸੇ ਇੱਕ ਸਟਾਰ ਨੂੰ ਟ੍ਰੇਨ ਤੇ ਤੇ ਮੈਂ ਕਈ ਵਾਰੀ ਸੋਚਿਆ ਵੀ ਮੈਂ ਕਿਹਾ ਯਾਰੀ ਡਿੱਗਣਾ ਪਵੇ ਕਿਤੇ ਤੇ ਉਹ ਕਿਉਂਕਿ ਹਾਂ ਨਾਲ ਇੱਕ ਖੂਬਸੂਰਤ ਕੰਨਿਆ ਮਲਾਈਕਾ ਹੈ ਨਾ ਤੇ ਉਹ ਬਹੁਤ ਵੈਲ ਪਿਕਚਰਾਈਜ਼ਡ Song ਉਸ ਤੋਂ ਬਾਅਦ ਫਿਰ ਉਹਨਾਂ ਨਾਲ ਮੇਰਾ ਇੱਕ ਐਸਾ ਰਿਸ਼ਤਾ ਬਣ ਗਿਆ ਹਾਲੇ ਕਿ ਬਹੁਤ ساری ਦੀ ساری ਫਿਲਮਾਂ ਚ ਮੈਂ ਨਹੀਂ ਕੋਨਾ ਪਰ ਉਹਨਾਂ ਦੇ ਇੱਕ ਫੋਨ ਜ਼ਰੂਰ ਆ ਜਾਂਦਾ ਵਾ ਹੋਂਦੂ ਰਾਜ ਦਾ ਹੁਣ ਉਹਨਾਂ ਨੇ ਰੀਸੈਂਟਲੀ ਜ਼ਿਕਰ ਕੀਤਾ ਕਿ ਮੈਂ ਆਪਣੇ ਬੇਟੇ ਨੂੰ ਲਾਂਚ ਕਰ ਰਿਹਾ ਹਾਂ ਵਿਲ ਯੂ ਸਿੰਕ ਫਾਰ ਮਾਈ ਸਨ ਆਈ ਸੈਡ ਯੈਸ ਕਿਤਾ ਮੈਨੀ ਸੰਗਸ ਮੈਂ ਕਹਾ ਜੀ ਜਦ ਤੱਕ ਕਹੋਗੇ ਤਾਂ ਉਹ ਪਿਆਰ ਮੁਹੱਬਤ ਸਾਰੇ ਨੇ ਹਾਲਾਂਕਿ ਮੈਨੂੰ ਇੰਟਰੋਡਿਊਸ ਕਰਨ ਵਾਲੇ ਜਿਹੜੇ ਫਿਲਮ ਇੰਡਸਟਰੀ ਚ ਨੇ ਉਹ ਅਜੀਤ ਦੇਵਗਨ ਹੈ ਅਜੀਤ ਦੇਵਗਨ ਫੈਮਿਲੀ ਉਹਨਾਂ ਦੇ ਫਾਦਰ ਵੀਰੂ ਦੇਵਗਨ ਦੇ ਹੈਵ ਇੰਟਰੋਡਿਊਸ ਮੀ ਤੇ ਇੱਕ ਜਿਨ੍ਹਾਂ ਦੀ ਮੈਂ ਪਾਰਟੀ ਚ ਜਾਣਾ ਨਹੀਂ ਚਾਹਦਾ ਭੱਜ ਮਤਲਬ ਕਿਉਂਕਿ ਸਵੇਰ ਦਾ ਸੂਰਜ ਚੜਾ ਦਿੰਦੇ ਨੇ ਸਲਮਾਨ ਖਾਨ ਗਾਣੇ ਉਹਨਾਂ ਦੇ ਮੇਰੇ ਦਾਦਾ ਨੇ ਹੂੰ ਹੁਣ ਅੱਜ ਕੱਲ ਰਣਵੀਰ ਸਿੰਘ ਤੇ ਰਣਵੀਰ ਕਪੂਰ ਉਹਨਾਂ ਦੇ ਨਾਲ ਮੇਰੇ ਗਾਣੇ ਸਭ ਸ਼ੇਰਾ ਤੋਂ ਸਟਾਰਟ ਹੋਏ ਉਹਨਾਂ ਦਾ ਕਰ ਹਰ ਮੈਦਾਨ ਫਤ ਵੀ ਗਏ ਸੀ ਸੰਜੀਤ ਹੂੰ ਤੇ ਮੈਨੂੰ ਇਹ ਤਾਂ ਲੱਗਦਾ ਕਿ ਮੈਂ ਨਾ ਕਾਊਂਟਿੰਗ 'ਚ ਨਹੀਂ ਦੇਣਾ ਠੀਕ ਹੈ ਕਿ ਮੈਂ ਹੁਣ ਤੱਕ ਕੀ ਕੀਤਾ ਤੇ ਕਿਤੇ ਕੀ ਦਾ ਸਸਤ ਕੀਤਾ ਬਤੁਰਦੇ ਰੋ ਉਹ ਵਰਤ